ਅੰਮ੍ਰਿਤਸਰ ਰੋਡ 'ਤੇ ਇੱਕ ਮਾਸਟਰ ਬੁੱਕ ਸ਼ੋਪ ਆ, ਉਹਦੇ 'ਤੇ ਫਾਇਰਿੰਗ ਹੋਈ ਸੀ। ਫਾਇਰਿੰਗ ਤੋਂ ਬਾਅਦ ਉਹਨਾਂ ਨੂੰ 3 ਦਿਨ ਬਾਅਦ ਫਿਰ ਇੱਕ ਬਾਹਰ ਤੋਂ ਨੰਬਰ 'ਤੇ ਫਿਰੌਤੀ ਮੰਗੀ ਗਈ 1 ਕਰੋੜ। ਗੁਰਦੁਆਰੇ ਲਾਗੇ ਇੱਕ ਗੱਡੀ ਮਹਿੰਦਰਾ ਜੀਪ ਸੀਗੀ ਕਾਲੇ ਰੰਗ ਦੀ, ਉਹ ਘੇਰੀ, ਉਹਦੇ ਵਿੱਚੋਂ 3 ਮੁੰਡੇ ਮਿਲੇ। 3 ਦੇ ਕੋਲੋਂ ਇਹਨਾਂ ਨੇ ਸਰਚ ਕੀਤੀ, ਉਹਨਾਂ ਤੋਂ ਸਾਨੂੰ 2 ਪਿਸਟਲ ਅਤੇ 1 ਰਿਵੋਲਵਰ 32 ਬੋਰ ਦਾ ਅਤੇ ਨਾਲ 6 ਰਾਉਂਡ ਮਿਲੇ। ਜਦੋਂ ਇਹ ਗੱਡੀ 'ਚ ਬਹਿਣ ਲੱਗੇ ਅਤੇ ਉਹਨੇ ਹੱਥ ਘੜੀ ਲੱਗੀ ਸੀ ਤਾਂ ਇੱਕ ਸਾਡੇ ਕਾਂਸਟੇਬਲ ਨੂੰ ਗੁਰਸਾਹਿਬ ਸਿੰਘ ਨੂੰ ਧੱਕਾ ਮਾਰ ਕੇ ਅਤੇ ਉੱਥੋਂ ਭੱਜ ਗਿਆ। ਉੱਥੇ ਇਹਨਾਂ ਨੇ SHO 'ਤੇ ਵਾਰ ਕੀਤਾ, ਰੋੜਾ ਚੱਕ ਕੇ ਇਹਨਾਂ ਦੇ ਮਾਰਿਆ। ਚਲੋ ਇਹਨੇ ਪਹਿਲਾਂ ਬਚਾਅ ਕੀਤਾ, ਫਿਰ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਨਹੀਂ ਰੁਕਿਆ। ਉਹ ਆਪਣੇ ਬਚਾਅ ਲਈ ਫਿਰ ਇਹਨਾਂ ਨੇ ਥੱਲੇ ਨੂੰ ਉੱਤ ਫਾਇਰ ਕੀਤਾ, ਜਿਹੜਾ ਫਿਰ ਉਹਦੀ ਲੱਤ ਤੋਂ ਚਲਾ ਗਿਆ। ਫਿਰੌਤੀਆਂ ਮੰਗਣ ਦੇ ਦੋਸ਼ਾਂ ਦੇ ਅਧੀਨ ਗ੍ਰਿਫਤਾਰ ਦੋਸ਼ੀਆਂ ਦੇ ਵਿੱਚੋਂ ਜਦੋਂ 1 ਨੂੰ ਪਿਸਟਲ ਦੀ ਬਰਾਮਦਗੀ ਲਈ ਲਿਜਾਇਆ ਜਾ ਰਿਹਾ ਸੀ ਤਾਂ ਇਸ ਮੌਕੇ ਉਸਦੇ ਵੱਲੋਂ ਹੱਥ ਘੜੀਆਂ ਸਣੇ ਭੱਜਣ ਦੀ ਕੋਸ਼ਿਸ਼ ਕੀਤੀ ਗਈ। ਦੱਸਿਆ ਜਾ ਰਿਹਾ ਕਿ ਪੁਲਿਸ 'ਤੇ ਰੋੜਿਆਂ ਦੇ ਨਾਲ ਹਮਲਾ ਵੀ ਕੀਤਾ ਗਿਆ ਅਤੇ ਇਸ ਦੌਰਾਨ ਜਦੋਂ ਜਵਾਬੀ ਫਾਇਰਿੰਗ ਦੇ ਵਿੱਚ ਪੁਲਿਸ ਦੇ ਵੱਲੋਂ ਗੋਲੀ ਚਲਾਈ ਗਈ ਤਾਂ ਉਸਦੀ ਲੱਤ ਦੇ ਵਿੱਚ ਵੱਜੀ ਅਤੇ ਉਹ ਗੰਭੀਰ ਜ਼ਖਮੀ ਹੋ ਗਿਆ। ਦੱਸ ਦਈਏ ਕਿ ਅੰਮ੍ਰਿਤਸਰ ਦੇ ਕਸਬਾ ਮਹਿਤਾ ਚੌਂਕ ਦਾ ਇਹ ਮਾਮਲਾ ਹੈ। ਇਸ ਦੌਰਾਨ ਜਦੋਂ ਇੱਕ ਦੋਸ਼ੀ ਦੀ ਲੱਤ ਦੇ ਵਿੱਚ ਜਵਾਬੀ ਫਾਇਰਿੰਗ ਰਾਹੀਂ ਗੋਲੀ ਵੱਜੀ ਤਾਂ ਉਸਨੂੰ ਹਸਪਤਾਲ ਦੇ ਵਿੱਚ ਲਿਜਾਇਆ ਗਿਆ। ਪੁਲਿਸ ਦੇ ਵੱਲੋਂ ਦੱਸਿਆ ਗਿਆ ਕਿ ਇਹ ਫਰੌਤੀਆਂ ਦਾ ਧੰਦਾ ਕਰ ਰਹੇ ਸੀ। ਇਹਨਾਂ ਦੇ ਵੱਲੋਂ ਕਰੋੜਾਂ ਰੁਪਏ ਦੀਆਂ ਫਰੌਤੀਆਂ ਮੰਗੀਆਂ ਜਾਂਦੀਆਂ ਸੀ ਅਤੇ ਪੁਰਤਗਾਲ ਤੋਂ ਇਹਨਾਂ ਦੇ ਸਾਥੀ ਇਹ ਸਾਰਾ ਧੰਦਾ ਚਲਾ ਰਹੇ ਸੀ। ਇਹ ਤਾਂ ਮੈਂ ਤੁਹਾਨੂੰ ਥੋੜ੍ਹਾ ਜਿਹਾ ਪਿਛੋਕੜ 'ਚ ਦੱਸਣਾ ਚਾਹੁੰਦਾ। 10/7/24 ਨੂੰ ਅੰਮ੍ਰਿਤਸਰ ਰੋਡ 'ਤੇ ਇੱਕ ਮਾਸਟਰ ਬੁੱਕ ਸ਼ੋਪ ਆ, ਉਹਦੇ 'ਤੇ ਫਾਇਰਿੰਗ ਹੋਈ ਸੀ। ਫਾਇਰਿੰਗ ਤੋਂ ਬਾਅਦ ਉਹਨਾਂ ਨੂੰ 3 ਦਿਨ ਬਾਅਦ ਫਿਰ ਇੱਕ ਬਾਹਰ ਤੋਂ ਨੰਬਰ 'ਤੇ ਫਿਰੌਤੀ ਮੰਗੀ ਗਈ 1 ਕਰੋੜ ਦੀ। ਉਸ ਤੋਂ ਬਾਅਦ ਫਿਰ ਅਸੀਂ ਜਿਹੜਾ ਜਿਸ ਦਿਨ ਇਹ ਫਾਇਰਿੰਗ ਹੋਈ ਆ, ਇੱਕ ਪਰਚਾ ਰਜਿਸਟਰਡ ਕਰਤਾ ਸੀ ਥਾਣੇ ਮਹਿਤੇ ਦੇ ਵਿੱਚ। ਉਸ ਤੋਂ ਬਾਅਦ ਫਿਰ ਸਾਡੀ ਟੀਮ ਨੇ SHO ਸਾਹਿਬ ਅਤੇ ਇਹਨਾਂ ASI ਬਲਕਾਰ ਸਿੰਘ, ਇਹਨਾਂ ਸਾਰਿਆਂ ਨੇ ਬੜੀ ਮਿਹਨਤ ਕਰਕੇ ਅਤੇ ਇਹਦੇ ਵਿੱਚ ਆਪਣਾ ਇਹਦੀ ਤਫਤੀਸ਼ ਕੀਤੀ ਅਤੇ ਉਹਦੇ ਵਿੱਚ ਇਹਨਾਂ ਨੂੰ ਇੱਕ ਸੀਕਰੇਟ ਇਨਫੋਰਮੇਸ਼ਨ ਮਿਲੀ ਆਪਣੇ ਉਹਦੇ ਪਨਾਹ ਦੇ ਉੱਤੇ। ਇਹਨਾਂ ਨੇ ਚੇਲਿਆਂ ਨੇ ਗੁਰਦੁਆਰੇ ਲਾਗੇ ਇੱਕ ਗੱਡੀ ਮਹਿੰਦਰਾ ਜੀਪ ਸੀਗੀ ਕਾਲੇ ਰੰਗ ਦੀ, ਉਹ ਘੇਰੀ, ਉਹਦੇ ਵਿੱਚੋਂ 3 ਮੁੰਡੇ ਮਿਲੇ। 3 ਦੇ ਕੋਲੋਂ ਇਹਨਾਂ ਨੇ ਸਰਚ ਕੀਤੀ, ਉਹਨਾਂ ਤੋਂ ਸਾਨੂੰ 2 ਪਿਸਟਲ ਅਤੇ 1 ਰਿਵੋਲਵਰ 32 ਬੋਰ ਦਾ ਅਤੇ ਨਾਲ 6 ਰਾਉਂਡ ਮਿਲੇ। ਉਹਦੇ ਅਰੈਸਟ ਪਾ ਲਈ, ਅਰੈਸਟ ਪਾ ਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤੇ ਸੀ, ਰਿਮਾਂਡ ਲਿਆ, ਫਿਰ ਦੁਬਾਰਾ ਉਹਨਾਂ ਦਾ ਹੁਣ 23 ਤੱਕ ਰਿਮਾਂਡ 'ਤੇ ਸੀਗੇ ਅਤੇ ਅੱਜ ਇਹ ਉਹਦੇ ਵਿੱਚ ਪੁੱਛਗਿੱਛ ਦੇ ਵਿੱਚ ਫਿਰ ਦੁਬਾਰਾ 1 ਪਿਸਟਲ ਦੀ ਇਨਫੋਰਮੇਸ਼ਨ ਸੀਗੀ ਇਹਨਾਂ ਨੂੰ ਉਹਦੇ ਕੋਲ ਕੀ ਹੈ। ਉਹਨੇ ਫਿਰ ਆਪਣੀ ਪੁੱਛਗਿੱਛ ਮੰਨਿਆ ਵੀ ਹਾਂ ਮੈਂ ਉਸ ਉਦੋਂ ਨੰਗਲ ਸ਼ਮਸ਼ਾਨ ਘਾਟ ਦੇ ਵਿੱਚ ਲੁਕੋ ਕੇ ਰੱਖਿਆ। ਇਹ ਪੁਲਿਸ ਪਾਰਟੀ ਸਾਡੀ ASI ਬਲਕਾਰ ਸਿੰਘ ਤਾਂ ਇਹਦੀ ਟੀਮ ਗਈ ਉੱਥੇ ਲੈ ਕੇ, ਉਹ ਰਿਕਵਰੀ ਪਿਸਟਲ ਦੀ ਹੋ ਗਈ, ਰੌਣ ਤਾਂ ਕੋਈ ਨਹੀਂ ਮਿਲਿਆ ਉੱਥੇ, ਇਕੱਲਾ ਪਿਸਟਲ ਮਿਲਿਆ। ਪਿਸਟਲ ਲੈ ਕੇ ਜਦੋਂ ਇਹ ਗੱਡੀ 'ਚ ਬਹਿਣ ਲੱਗੇ ਅਤੇ ਉਹਨੇ ਹੱਥ ਘੜੀ ਲੱਗੀ ਸੀ ਤਾਂ ਇੱਕ ਸਾਡੇ ਕਾਂਸਟੇਬਲ ਨੂੰ ਗੁਰਸਾਹਿਬ ਸਿੰਘ ਨੂੰ ਧੱਕਾ ਮਾਰ ਕੇ ਅਤੇ ਉੱਥੋਂ ਭੱਜ ਗਿਆ। ਇਹ ਵੀ SHO ਸਾਹਿਬ ਉੱਧਰ ਅਰਜਨ ਮੰਗੇ ਸਾਈਡ ਦੇ ਉੱਤੇ ਸੀ ਤੱਤੀ ਆਪਣੇ ਗਸ਼ਤ ਦੇ ਉੱਤੇ, ਇਹ ਨਹੀਂ ਫੋਨ ਕੀਤਾ, ਫਿਰ 2 ਕਿਲੋਮੀਟਰ ਇਹ ਭੱਜਿਆ ਬੰਦਾ, ਉੱਥੇ ਜਾ ਕੇ ਅੱਗਿਓਂ ਫਿਰ ਇਹਨਾਂ ਨੇ ਘੇਰਾ ਪਾ ਲਿਆ, ਦੋਨੇ ਸਾਈਡਾਂ ਤੋਂ ਘੇਰਾ ਪੈ ਗਿਆ। ਜਦੋਂ ਇਹਨਾਂ ਨੇ ਪਟੜੀ ਪਟੜੀ ਜਾ ਰਿਹਾ ਸੀ ਸੂਏ ਦੇ, ਉੱਥੇ ਇਹਨਾਂ ਨੇ SHO 'ਤੇ ਵਾਰ ਕੀਤਾ, ਰੋੜਾ ਚੱਕ ਕੇ ਇਹਨਾਂ ਦੇ ਮਾਰਿਆ। ਚਲੋ ਇਹਨੇ ਪਹਿਲਾਂ ਬਚਾਅ ਕੀਤਾ, ਫਿਰ ਉਹਨੂੰ ਰੋਕਣ ਦਾ ਇਸ਼ਾਰਾ ਕੀਤਾ ਪਰ ਨਹੀਂ ਰੁਕਿਆ। ਫਿਰ ਉਹਨਾਂ ਨੇ ਹਵਾਈ ਫਾਇਰ ਕੀਤਾ SHO ਸਾਹਿਬ ਨੇ, ਲੇਕਿਨ ਉਹ ਫਿਰ ਵੀ ਨਹੀਂ ਰੁਕਿਆ, ਉਹਨੇ ਫਿਰ ਇੱਕ ਬੱਟਾ ਚੱਕ ਕੇ ਇਹਨਾਂ ਦੇ ਸਿਰ 'ਤੇ ਮਾਰਿਆ, ਪਰ ਇਹ ਫਿਰ ਬਚਾਅ ਇਹਨਾਂ ਨੇ ਕਰ ਲਿਆ। ਉਹ ਆਪਣੇ ਬਚਾਅ ਲਈ ਫਿਰ ਇਹਨਾਂ ਨੇ ਥੱਲੇ ਨੂੰ ਉੱਤ ਫਾਇਰ ਕੀਤਾ, ਜਿਹੜਾ ਫਿਰ ਉਹਦੀ ਲੱਤ 'ਤੇ ਸੱਜੀ 'ਤੇ ਲੱਗ ਗਿਆ।
ਤੇ ਇਹਨਾਂ ਦੀ ਜਿਹੜਾ ਮਗਰ ਹੈਗਾ ਉਹ ਮਨ ਘਨਸ਼ਾਮਪੁਰਿਆ, ਗੋਪੀ ਘਨਸ਼ਾਮਪੁਰਿਆ ਗੈਂਗਸਟਰ ਦਾ, ਉਹਦਾ ਭਰਾ ਆ ਛੋਟਾ, ਤੇ ਇੱਕ ਡੋਣੀ ਡੋਣੀ ਆ ਇੱਥੋਂ ਸਠਿਆਲੇ ਦਾ। ਇਹ ਦੋਨੇ ਬੰਦੇ ਇਸ ਵੇਲੇ ਜੋ ਪਤਾ ਲੱਗਿਆ ਪੁਰਤਗਾਲ ਆ, ਉੱਥੋਂ ਇਹ ਆਪਣਾ ਨੈੱਟਵਰਕ ਚਲਾਉਂਦੇ ਆ। ਇਹਨਾਂ ਲੋਕਾਂ ਨੂੰ ਥੋੜ੍ਹੇ ਬਹੁਤੇ ਪੈਸੇ ਦੇ ਕੇ ਅਤੇ ਇਹ ਆਪਣੀਆਂ ਫਰੌਤੀਆਂ ਦਾ ਧੰਦਾ ਕਰ ਰਹੇ ਆ। ਅਤੇ ਸਾਡੀ ਤਾਂ ਇੱਕੋ ਹੀ ਇਹਨਾਂ ਨੂੰ ਚੈਲੰਜ ਆ ਕਿ ਛੱਡਾਂਗੇ ਨਹੀਂ ਕਿਸੇ ਵੀ ਸੂਰਤ ਵਿੱਚ ਇਹਨਾਂ ਨੂੰ। ਹਰ ਬੰਦਾ ਜਿਹੜਾ ਸਮਾਜ ਦੇ ਉਲਟ ਕੰਮ ਕਰਦਾ ਜਾਂ ਜਿਹੜਾ ਬੰਦਾ ਆਪਣੇ ਫਰੌਤੀਆਂ ਦੇ ਵਿੱਚ ਇਨਵੋਲਵ ਆ, ਅਤੇ ਉਹ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਊਗਾ। ਇਹ ਉਹਦਾ ਬਿੱਲਾ ਜੀ, ਗੁਰਪ੍ਰੀਤ ਸਿੰਘ ਬਿੱਲਾ, ਸਾਨੂੰ ਕੁਲਦੀਪ ਸਿੰਘ ਬੈਸਮਪੁਰ ਦਾ, ਇਹ ਫਰਾਰ ਹੋਏ ਨੇ, ਫੜ ਲਿਆ। ਇਹ ਦੋ ਭਰਾ ਆ, ਇੱਕ ਇਹ ਹੈਗਾ, ਇੱਕ ਇਹਦਾ ਹੈਗਾ ਗਗਨਦੀਪ ਸਿੰਘ, ਤੇ ਇੱਕ ਇਹਨਾਂ ਨਾਲ ਹੈਗਾ ਨਵਰਾਜ ਸਿੰਘ। ਇਹ ਤਿੰਨੇ ਬੰਦੇ ਸਾਡੀ ਅਰੈਸਟ ਕੀਤੇ ਹੋਏ ਸੀ, ਫਿਰ ਰਿਮਾਂਡ ਤੇ। ਉਹਦਾ ਮਨਪ੍ਰੀਤ ਮਨ, ਉਹ ਜੋ ਪਤਾ ਲੱਗਿਆ ਪੁਰਤਗਾਲ ਦੇ ਵਿੱਚ ਹੈ, ਇਹ ਦੋਨੇ, ਇਹ ਡੋਣੀ ਵੀ ਤੇ ਇਹ ਦੋਨੇ ਹੀ ਹੈ, ਤੇ ਉੱਥੋਂ ਆਪਣਾ ਨੈਟਵਰਕ ਚਲਾ ਰਹੇ। ਹਾਂ ਇੱਕੋ ਹੀ ਸੀ, ਦੂਜਿਆਂ ਨੇ ਹਾਂ ਉਹ ਫੜ ਲਿਆ ਜੀ, ਹੁਣ ਐਡਮਿਟ ਕਰਾਇਆ ਹੋਸਪਿਟਲ। ਹਾਂ ਬਰਾਮਦਗੀ ਪਿਸਟਲ ਦੀ ਹੋ ਗਈ ਜੀ, 32 ਬੋਰ ਜੀ ਜੀ। ਕਿੰਨੇ ਫਾਇਰ ਕਰਨੇ ਪਏ ਜੀ? ਦੋ ਫਾਇਰ, ਇੱਕ ਤਾਂ ਹਵਾਈ ਫਾਇਰ ਕੀਤਾ ਸੀ ਜਦੋਂ ਇਹਨੇ ਫੇਰ ਮਾਰ ਦੇਣ ਦੀ ਨੀਅਤ ਨਾਲ ਹੀ ਇਹਨਾਂ ਦੇ ਉੱਤੇ ਉਹ ਬੱਟਾ ਮਾਰਿਆ ਸਿਰ ਤੇ, ਚਲੋ ਇਹਨਾਂ ਨੇ ਬੜੀ ਹੁਸ਼ਿਆਰੀ ਦੇ ਨਾਲ ਆਪਣੇ ਆਪ ਨੂੰ ਬਚਾਇਆ, ਤੇ ਉਹ ਫਿਰ ਥੱਲੇ ਨੂੰ ਫਾਇਰ ਕੀਤਾ, ਲੇਕਿਨ ਉਹ ਇਹਦੀ ਲੱਤ ਤੇ ਲੱਗ ਗਿਆ। ਜਿਹੜਾ ਤੁਸੀਂ ਆਲਰੇਡੀ ਪਰਚਾ ਦਰਜ ਕੀਤਾ, ਉਹਨੂੰ ਵਾਧਾ ਕਰ ਰਹੇ ਹੋ? ਹਾਂਜੀ ਹਾਂਜੀ, ਬਿਲਕੁਲ ਵਾਧਾ ਕਰਾਂਗੇ ਉਹਦੇ ਵਿੱਚ ਜੀ। ਇੱਕ ਪਹਿਲਾਂ ਮਾਮਲੇ ਦਰਜ ਪਹਿਲਾਂ ਅਸੀਂ ਉਹ ਕਰ ਰਹੇ ਹਾਂ, ਤਫਤੀਸ਼ ਦੇ ਵਿੱਚ ਚੈੱਕ ਕਰਦੇ ਹਾਂ, ਬਾਕੀ ਉਹ ਤੁਹਾਨੂੰ ਫਿਰ ਲੇਟਰ ਔਨ ਸਾਰਾ ਕੁਝ ਦੱਸਾਂਗੇ ਇਹਨਾਂ ਦਾ। ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਇਸ ਨੌਜਵਾਨ ਦੇ ਵੱਲੋਂ ਧੱਕਾ ਮਾਰ ਕੇ ਹੱਥ ਕੜੀਆਂ ਸਣੇ ਭੱਜਣ ਦੀ ਖੇਤਾਂ ਦੇ ਵੱਲ ਕੋਸ਼ਿਸ਼ ਕੀਤੀ ਗਈ, ਤਾਂ ਇਸ ਦੇ ਵੱਲੋਂ ਜਦੋਂ ਇਸ ਨੂੰ ਰੋਕਿਆ ਗਿਆ ਤਾਂ ਇਸ ਦੇ ਵੱਲੋਂ ਪੁਲਿਸ ਦੇ ਉੱਤੇ ਇੱਟਾਂ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ ਗਏ। ਇਸੇ ਦੌਰਾਨ ਪੁਲਿਸ ਵੱਲੋਂ ਫਾਇਰਿੰਗ ਕੀਤੀ ਗਈ, ਹਵਾਈ ਫਾਇਰਿੰਗ ਕੀਤੀ ਗਈ, ਅਤੇ ਇਸ ਦੌਰਾਨ ਉਸਦੀ ਲੱਤ 'ਤੇ ਗੋਲੀ ਮਾਰ ਕੇ ਉਸਨੂੰ ਕਾਬੂ ਕੀਤਾ ਗਿਆ। ਦੱਸਦੀ ਕਿ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਦੇ ਵਿੱਚ ਉਸਦਾ ਇਲਾਜ ਚੱਲ ਰਿਹਾ ਹੈ। ਪੁਲਿਸ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੇ ਵੱਲੋਂ FIR ਦਰਜ ਕਰਕੇ ਅਗਲੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਪੰਜਾਬੀ ਲੋਕ ਚੈਨਲ।